ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬੀ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਰਾਤ ਵੀਰਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਵਿਰਾਜੇ। ਸ਼ੁੱਕਰਵਾਰ ਨੂੰ ਬੜੇ ਹੀ ਗਮਹੀਨ ਮਾਹੌਲ 'ਚ ਗੈਰੀ ਸੰਧੂ ਦੇ ਸਮੂਹ ਸੰਧੂ ਪਰਿਵਾਰ ਨਾਮਵਰ ਗਾਇਕ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਦੇ ਇਲਾਵਾ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ, ਪ੍ਰਸ਼ੰਸਕਾਂ, ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਉਹਨਾਂ ਦੇ ਪੈਤਰਕ ਪਿੰਡ ਰੁੜਕਾ ਕਲਾਂ ਦੀ ਪੱਤੀ ਹੇਤਾ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ ਅਵਤਾਰ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 27 ਸਤੰਬਰ ਨੂੰ ਰੁੜਕਾ ਕਲਾਂ ਵਿੱਚ ਹੋਵੇਗੀ। ਖਬਰ ਹੈ ਸਾਡਾ ਵੀਰ ਗੈਰੀ ਸੰਧੂ, ਸਾਡੇ ਮਾਤਾ ਜੀ ਅਵਤਾਰ ਕੌਰ ਜਿਹੜੇ ਅਚਾਨਕ ਹੀ ਕਾਲ ਕਰਾਉਣਾ ਕਰ ਗਏ। ਅਸੀਂ ਅੱਜ ਪਹੁੰਚੇ ਹਾਂ ਇੱਥੇ ਸਾਰੇ ਉਹਨਾਂ ਦੇ ਵਿਸਕਾਰ 'ਤੇ, ਅਤੇ ਮੈਂ ਇਹੀ ਚਾਹੂੰਗਾ ਕਿ ਸਾਡਾ ਸਾਰਿਆਂ ਦਾ ਗੈਰੀ ਦੇ ਨਾਲ ਸਾਰੇ ਖੜ੍ਹੇ ਹਨ, ਕਿਉਂਕਿ ਜਿਹੜਾ ਇੱਕ ਮਾਂ ਦਾ ਵਿਛੋੜਾ ਨਾ ਸਭ ਤੋਂ ਔਖਾ, ਕਿਉਂਕਿ ਜਿਹੜੀ ਮਾਂ ਹੈ ਨਾ ਉਹ ਬੱਚਾ ਭਾਵੇਂ ਗਲਤ ਵੀ ਹੋਵੇ ਜੋ ਮਰਜ਼ੀ ਹੋਵੇ, ਮਾਂ ਜਿਹੜੀ ਆ ਆਪਣੇ ਬੱਚੇ ਨੂੰ ਕਦੀ ਗਲਤ ਨਹੀਂ ਕਹਿੰਦੀ। ਅਤੇ ਇਹ ਤੁਸੀਂ ਜਾਣਦੇ ਹੋ ਕਿ ਮਾਂ ਦਾ ਦੁੱਖ ਕਿੰਨਾ ਹੈ, ਇਸ ਵੇਲੇ ਮੈਨੂੰ ਪਤਾ ਵੀ ਗੈਰੀ ਬਹੁਤ ਪਰੇਸ਼ਾਨ ਹੈ। ਅਸੀਂ ਇਹੀ ਅਰਦਾਸ ਕਰਦੇ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਬਸ ਇੰਨਾ ਕੁਛ ਕਹਿੰਦਾ ਰਹੇ। ਸਾਰਿਆਂ ਨੂੰ ਪਤਾ ਹੀ ਹੈ ਕਿ ਮੇਰੇ ਉਸਤਾਦ ਜੀ ਭਾਈ ਗੈਰੀ ਸੰਧੂ ਜੀ, ਉਹਨਾਂ ਦੇ ਮਾਤਾ ਜੀ, ਮੇਰੇ ਮਾਂ ਇਸ ਦੁਨੀਆਂ ਤੋਂ ਚਲੇ ਗਏ ਆ। ਬਸ ਮੈਂ ਇਹੀ ਕਹਿਣਾ ਚਾਹੁੰਦਾ, ਜ਼ਿਆਦਾ ਕੁਛ ਬੋਲਿਆ ਨਹੀਂ ਜਾ ਰਿਹਾ ਮੇਰੇ ਤੋਂ, ਕਿ ਕਿਸ ਦੀ ਮਾਂ ਮਜ਼ਬੂਰ ਹੋ ਰਹੀ ਹੈ ਕਿ ਦੁੱਖ ਨਹੀਂ ਦੇਖਿਆ ਜਾਂਦਾ। ਖਤਮੀ ਗੱਲ ਆ, ਸਾਰੇ ਜੋ ਹੀ ਆਉਂਦੇ ਹੋਰ ਗੱਲ ਪੁੱਛ, ਜਿੰਨੇ ਵੀ ਸਾਡੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਭਰਾ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 27 ਤਰੀਕ ਨੂੰ ਸਾਡੀ ਮਾਤਾ ਜੀ ਅਵਤਾਰ ਕੌਰ ਜੀ ਦਾ ਹੋ ਗਿਆ, ਪੁੰਚਨ ਦੀ ਕਿਰਪਾਲਤਾ ਕਰੋ ਔਰ ਆਪਣੇ ਮਾਂ ਪਿਓ ਦੀ ਸੇਵਾ ਕਰੋ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਛੋਟੇ ਵੀਰ ਗੈਰੀ ਸੰਧੂ, ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਪ੍ਰਸਿੱਧੀ ਮਿਲੀ, ਅੱਜ ਸਾਡੇ ਛੋਟੇ ਵੀਰ ਗੈਰੀ ਸੰਧੂ ਦੀ ਮਾਤਾ ਜੀ ਸਰਦਾਰਨੀ ਅਵਤਾਰ ਕੌਰ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੇ ਜਾਣ ਦਾ ਜਿਹੜਾ ਦੁੱਖ ਆ ਗੈਰੀ ਨੂੰ ਤਾਂ ਹੈ ਹੀ ਹੈ, ਉਹਨਾਂ ਦੇ ਸਾਰੇ ਪਰਿਵਾਰ ਨੂੰ ਅਤੇ ਉਹਦੇ ਸਾਰੇ ਸੱਜਣ ਮਿੱਤਰ ਗੈਰੀ ਦੇ ਰਿਸ਼ਤੇਦਾਰ
ਸਾਰਿਆਂ ਨੂੰ ਬਹੁਤ ਵੱਡਾ ਦੁੱਖ ਆ, ਕਿਉਂਕਿ ਇਸ ਮੌਕੇ 'ਤੇ ਜ਼ਿਆਦਾ ਬੋਲਣ ਲਈ ਤਾਂ ਕੁਛ ਹੈ ਨਹੀਂ ਗਾ। ਮੈਂ ਆਪਣੇ ਵੱਲੋਂ ਆਪਣੀ ਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਅਤੇ ਬਸ ਇਹੀ ਹੈ ਕਿ ਮੈਂ ਸਾਰੇ ਜਿਹੜੇ ਵੀਰ ਨਹੀਂ ਵੀ ਆ ਸਕੇ, 27 ਤਰੀਕ ਦਿਨ ਸ਼ੁੱਕਰਵਾਰ ਇਸ ਮਹੀਨੇ ਇਹਨਾਂ ਦੀ ਜਿਹੜੀ ਅੰਤਮ ਅਰਦਾਸ ਹੈਗੀ ਆ ਰੁੜਕਾ ਕਲਾਂ ਵਿਖੇ, ਮੈਂ ਸਾਰੇ ਆਪਣੇ ਜਿੰਨੇ ਵੀ ਇੰਡਸਟਰੀ ਦੇ ਮੇਰੇ ਵੀਰ ਆ, ਸਮੂਹ ਇੰਡਸਟਰੀ ਦੇ ਜਿੰਨੇ ਵੀ ਪੰਜਾਬੀ ਅਤੇ ਹੋਰ ਵੀ ਜਿਹੜੇ ਜਿੱਥੇ ਤੱਕ ਵੀ ਸੁਨੇਹਾ ਪਾਉਂਦਾ, ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਜ਼ਰੂਰ ਮੇਰੇ ਛੋਟੇ ਵੀਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਸ਼ਰੀਕ ਹੋਣ ਅਤੇ ਉਹਨੂੰ ਹੌਸਲਾ ਦੇਣ, ਕਿਉਂਕਿ ਉਹਨਾਂ ਪਿਛਲੇ ਸਾਲ ਉਹਨਾਂ ਦੇ ਪਿਤਾ ਜੀ ਵੀ ਚੜ੍ਹਾਈ ਕਰ ਗਏ ਸੀ, ਅਤੇ ਆਹ ਬੜਾ ਇਹ ਬੜੀ ਔਖੀ ਗੱਲ ਹੈ ਮਾਪਿਆਂ ਤੋਂ ਬਿਨਾਂ ਜਿਹੜਾ ਰਹਿਣਾ। ਗੈਰੀ ਨਾਲ ਗੱਲ ਹੁੰਦੀ ਸੀ, ਬੜਾ ਮਨ ਦੁਖਿਆ, ਕਹਿੰਦਾ ਵੀ ਚਾਅ ਹੁੰਦਾ ਸੀ ਵੀ ਜਾ ਕੇ ਮਾਂ ਨੂੰ ਮਿਲਣਾ, ਉਹ ਹੁਣ ਨਹੀਂ ਹੈਗੀ। ਅਤੇ ਬੜੇ ਤੁਸੀਂ ਸਮਝਦੇ, ਸਾਰੇ ਅੰਡਰਸਟੈਂਡ ਕਰਦੇ, ਸੋ ਇਸ ਮੌਕੇ 'ਤੇ ਹੋਰ ਜ਼ਿਆਦਾ ਕੁਛ ਬੋਲਣ ਲਈ ਇੱਕ ਵਾਰ ਫਿਰ ਬੇਨਤੀ ਕਰੂੰਗਾ ਮੇਰੇ ਵੱਲੋਂ ਗੈਰੀ ਸੰਧੂ ਵੱਲੋਂ ਸਾਰਿਆਂ ਨੂੰ 27 ਤਰੀਕ ਤੁਸੀਂ ਜ਼ਰੂਰ ਆਉਣਾ ਜੀ। ਅੰਤਮ ਅਰਦਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।